ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪੰਜਾਬੀ ਪੋਡਕਾਸਟ ਅਸੀਂ ਚੈਨਲ ਦੇ ਨਾਲ ਤੁਸੀਂ ਜੁੜੇ ਹੋ। ਮੈਂ ਮਨਪ੍ਰੀਤ ਰਾਮਨਿਵਾਸ। ਅੱਜ ਦੀ ਵੀਡੀਓ ਦੇ ਵਿੱਚ ਗੱਲ ਮੈਂ ਇੱਕ ਅਜਿਹੀ ਕ੍ਰਾਈਮ ਸਟੋਰੀ ਦੀ ਕਰਨ ਜਾ ਰਿਹਾ, ਅਜਿਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ, ਦੰਗ ਰਹਿ ਜਾਓਗੇ। ਇੱਕ ਸੰਜੇ ਕੁਮਾਰ ਯਾਦਵ ਨਾਂ ਦਾ ਲੜਕਾ ਹੁੰਦਾ ਹੈ ਜਿਹੜਾ ਬਿਹਾਰ ਦੇ ਰਹਿਣ ਵਾਲਾ ਹੁੰਦਾ ਹੈ ਅਤੇ ਉਹ ਤੇਲੰਗਾਨਾ ਦੇ ਵਿੱਚ ਕੰਮ ਕਰਨ ਦੇ ਲਈ ਜਾਂਦਾ ਹੈ ਅਤੇ ਉੱਥੇ ਹੀ ਇੱਕ ਫੈਕਟਰੀ ਦੇ ਵਿੱਚ ਕੰਮ ਕਰਦੀ ਲੜਕੀ ਰਫੀਕਾ ਨਾਮ ਦੀ ਲੜਕੀ ਹੁੰਦੀ ਹੈ, ਉਸ ਦੇ ਉਸ ਨਾਲ ਉਸਨੂੰ ਪਿਆਰ ਹੋ ਜਾਂਦਾ ਅਤੇ ਪਿਆਰ ਦਾ ਸਿਖਰ ਚ ਕਦੋਂ ਇੰਨਾ ਹੋ ਜਾਂਦਾ ਹੈ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਹੈ ਕਿ ਇੱਕ ਤੋਂ ਬਾਅਦ 10 ਕਤਲ ਇਸ ਪਿਆਰ ਦੇ ਚੱਕਰ ਦੇ ਵਿੱਚ ਹੋ ਜਾਂਦੇ ਨੇ। 2020 ਮਾਰਚ ਦੇ ਵਿੱਚ ਕਰੋਨਾ ਆਉਂਦਾ ਹੈ, ਕਰੋਨਾ ਦੇ ਦੌਰਾਨ ਲੋਕਡਾਊਨ ਹੁੰਦਾ ਹੈ ਅਤੇ ਜਿਹੜਾ ਜ਼ਿਆਦਾਤਰ ਇੰਡਸਟਰੀ ਵਾਲੇ ਏਰੀਆ ਸੀ ਜਾਂ ਇੰਡਸਟਰੀਆਂ ਸੀ ਉਹ ਪ੍ਰਭਾਵਿਤ ਹੁੰਦੀਆਂ, ਪ੍ਰਭਾਵਿਤ ਇੰਨੀਆਂ ਕੁ ਹੋ ਜਾਂਦੀਆਂ, ਕੰਮ ਕਾਰ ਇੰਨੇ ਪ੍ਰਭਾਵਿਤ ਹੁੰਦੇ ਨੇ ਕਿ ਬਹੁਤ ਸਾਰੇ ਮਜ਼ਦੂਰ ਜਿਹੜੇ ਹੁੰਦੇ ਉਹਨਾਂ ਨੂੰ ਪੈਦਲ ਹੀ ਆਪਣੇ ਘਰਾਂ ਵੱਲ ਜਾਣਾ ਪੈਂਦਾ। ਉਸ ਸਮੇਂ 'ਤੇ ਕੀ ਹੁੰਦਾ ਕਿ ਬਹੁਤ ਸਾਰੀਆਂ ਫੈਕਟਰੀਆਂ ਜਦੋਂ ਬੰਦ ਹੁੰਦੀਆਂ ਅਤੇ ਉਸ ਸਮੇਂ 'ਤੇ ਜਿਹੜੀਆਂ ਜਿਹੜੀਆਂ ਫੈਕਟਰੀਆਂ ਨੇ ਵੀ ਆਪਣਾ ਮਾਲ ਜਮ੍ਹਾਂ ਕਰਕੇ ਰੱਖਿਆ ਸੀ ਅਤੇ ਉਹ ਹਲੇ ਵੀ ਚੱਲਦੀਆਂ ਸੀ। ਤੇਲੰਗਾਨਾ ਦੇ ਵਰੰਗਲ ਜ਼ਿਲ੍ਹੇ ਦੇ ਵਿੱਚ ਇੱਕ ਗਰਾਈਗੁੰਡਾ ਸ਼ਹਿਰ ਪੈਂਦਾ ਹੈ ਅਤੇ ਉੱਥੋਂ ਦੀ ਇੱਕ ਫੈਕਟਰੀ ਸੀ ਜਿਹੜੀ ਕਿ ਬੋਰੇ ਬਣਾਉਣ ਦਾ ਕੰਮ ਕਰਦੀ ਸੀ, ਜੂਟ ਤੋਂ ਬੋਰੇ ਤਿਆਰ ਕਰਦੀ ਸੀ ਅਤੇ ਉਸ ਫੈਕਟਰੀ ਦੇ ਵਿੱਚ ਇੰਨਾ ਕਮਾਲ ਸੀ ਕਿ ਉਹ ਆਪਣੇ ਗਾਹਕਾਂ ਨੂੰ ਹਲੇ ਵੀ ਸਪਲਾਈ ਕਰ ਸਕਦੀ ਸੀ। ਉਸਦਾ ਜਿਹੜਾ ਮਾਲਕ ਹੁੰਦਾ ਜੈ ਭਾਸਕਰ ਉਹ ਆਪਣੀ ਫੈਕਟਰੀ ਨੂੰ ਥੋੜ੍ਹਾ ਥੋੜ੍ਹਾ ਚਲਾ ਰਿਹਾ ਸੀ ਅਤੇ ਇੱਕ ਦਿਨ ਕੀ ਹੁੰਦਾ ਹੈ ਕਿ ਆਟੋ ਡਰਾਈਵਰ ਨੂੰ ਉਹ ਆਖਦਾ ਕਿ ਕਿਸੇ ਨੂੰ ਮਾਲ ਚਾਹੀਦਾ, ਤੂੰ ਮਾਲ ਫੈਕਟਰੀ ਤੋਂ ਲੈ ਕੇ ਉਸ ਜਗ੍ਹਾ ਦੇ ਉੱਤੇ ਛੱਡ ਆ, ਤੂੰ ਨਾਲ ਇਹ ਵੀ ਆਖਦਾ ਕਿ ਉੱਥੇ 10 ਮਜ਼ਦੂਰ ਕੰਮ ਕਰਦੇ ਨੇ, ਤੂੰ ਗੇਟ ਉੱਥੇ ਖੁੱਲ੍ਹ ਜਾਊਗਾ ਤੇਰੇ ਲਈ ਅਤੇ ਉੱਥੋਂ ਜਿਹੜਾ ਬੋਰੇ ਇੰਨੇ ਬੋਰੇ ਲੈ ਕੇ ਤੂੰ ਉਸ ਜਗ੍ਹਾ ਦੇ ਉੱਤੇ ਛੱਡ ਆ। ਜਦੋਂ ਵੀ ਉਹ ਆਟੋ ਡਰਾਈਵਰ ਜਿਹੜਾ ਹੁੰਦਾ ਉਹ ਫੈਕਟਰੀ ਦੇ ਵਿੱਚ ਪਹੁੰਚਦਾ ਅਤੇ ਉੱਥੇ ਉਹ ਆਵਾਜ਼ਾਂ ਮਾਰਦਾ, ਹੌਰਨ ਵਜਾਉਂਦਾ, ਉਸਨੂੰ ਕਿਸੇ ਤਰ੍ਹਾਂ ਦੀ ਅੰਦਰੋਂ ਕੋਈ ਆਵਾਜ਼ ਨਹੀਂ ਆਉਂਦੀ, ਉਹ ਸੁਣ ਕੇ ਦੇਖ ਕੇ ਹੈਰਾਨ ਹੋ ਜਾਂਦਾ ਹੈ ਅਤੇ ਜਦੋਂ ਦੂਜੇ ਗੇਟ ਦੇ ਉੱਤੇ ਜਾਂਦਾ ਫਿਰ ਵੀ ਉਹਨੂੰ ਕੋਈ ਅੰਦਰੋਂ ਆਵਾਜ਼ ਨਹੀਂ ਸੁਣਾਈ ਦਿੰਦੀ, ਸਨਾਟਾ ਪਿਆ ਹੁੰਦਾ। ਉਹ ਫਿਰ ਮਾਲਕ ਕੋਲ ਆਉਂਦਾ ਦੁਬਾਰੇ ਵਾਪਸ ਅਤੇ ਮਾਲਕ ਨੂੰ ਆਖਦਾ ਕਿ ਉੱਥੇ ਮੈਨੂੰ ਕੁਝ ਵੀ ਜਿਹੜਾ ਸੁਣਾਈ ਨਹੀਂ ਦਿੱਤਾ ਅਤੇ ਨਾ ਹੀ ਕਿਸੇ ਨੇ ਮੈਨੂੰ ਗੇਟ ਖੋਲ੍ਹਿਆ। ਜਿਹੜਾ ਫੈਕਟਰੀ ਦਾ ਮਾਲਕ ਹੁੰਦਾ ਜੈ ਭਾਸਕਰ ਉਹ ਫਿਰ ਆਪਣੇ ਪਾਰਟਨਰ ਨੂੰ ਅਤੇ ਹੋਰ ਜਿਹੜੇ ਲੋਕ ਹੁੰਦੇ ਨੇ ਉਹਨਾਂ ਨੂੰ ਨਾਲ ਲੈ ਕੇ ਫੈਕਟਰੀ ਦੇ ਵਿੱਚ ਜਾਂਦਾ। ਜਦੋਂ ਫੈਕਟਰੀ ਦੇ ਵਿੱਚ ਦੇਖਦੇ ਨੇ ਕਿ ਕੋਈ ਵੀ ਉੱਥੇ ਮਜ਼ਦੂਰ ਨਹੀਂ ਸੀ, 10 ਮਜ਼ਦੂਰ ਉੱਥੇ ਕੰਮ ਕਰਦੇ ਸੀ, ਉਹਨਾਂ ਵਿੱਚੋਂ 1 ਜਾਂ 2 ਮਜ਼ਦੂਰ ਗਏ ਹੋ ਸਕਦੇ ਨੇ ਪਰ ਸਾਰੇ ਮਜ਼ਦੂਰ ਇਕੱਠੇ ਨਹੀਂ ਜਾ ਸਕਦੇ। ਜਿਹੜੀ ਜਿੱਥੇ ਵੀ ਉਹ ਰਹਿੰਦੇ ਸੀ ਉੱਥੇ ਵੀ ਦੇਖਦੇ ਨੇ, ਯਾਨੀ ਕਿ ਹਰ ਕੋਨਾ ਫੈਕਟਰੀ ਦਾ ਉਹ ਛਾਣ ਮਾਰਦੇ ਨੇ ਪਰ ਕਿਤੋਂ ਵੀ ਕੋਈ ਮਜ਼ਦੂਰਾਂ ਦਾ ਪਤਾ ਨਹੀਂ ਲੱਗਦਾ ਅਤੇ ਜਦੋਂ ਪਤਾ ਨਹੀਂ ਲੱਗਦਾ ਸਾਰੇ ਹੈਰਾਨ ਹੁੰਦੇ ਨੇ ਅਤੇ ਫਿਰ ਇੱਕ ਨੇੜੇ ਖੂਹ ਹੁੰਦਾ ਫੈਕਟਰੀ ਦੇ, ਜਦੋਂ ਹੀ ਇੱਕ ਬੰਦਾ ਲੱਭਦਾ ਲੱਭਦਾ ਭਾਲ ਕਰਦਾ ਕਰਦਾ ਉਸ ਖੂਹ ਦੇ ਉੱਪਰ ਜਾਂਦਾ ਹੈ ਤਾਂ ਜਦੋਂ ਉਹ ਖੂਹ ਤੋਂ ਦੇਖਦਾ ਹੈ ਕਿ ਉਹਦੇ ਵਿੱਚ 4 ਬੋਰੀਆਂ ਜਿਹੜੀਆਂ ਦਿਖ ਰਹੀਆਂ ਹੁੰਦੀਆਂ ਤਾਂ ਉਹ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ ਅਤੇ ਜਦੋਂ ਸਾਰੇ ਲੋਕ ਉੱਥੇ ਆਉਂਦੇ ਨੇ ਅਤੇ ਉਹ ਦੇਖਦੇ ਨੇ ਕਿ 4 ਬੋਰੀਆਂ ਜਿਹੜੀਆਂ ਸੀ ਉਹ ਖੂਹ ਦੇ ਵਿੱਚ ਉਹਨਾਂ ਨੂੰ ਦਿਸ ਰਹੀਆਂ ਸੀ, ਪੁਲਿਸ ਨੂੰ ਬੁਲਾਇਆ ਜਾਂਦਾ ਹੈ ਅਤੇ ਜਦੋਂ ਪੁਲਿਸ ਆਉਂਦੀ ਉਸ ਤੋਂ ਬਾਅਦ ਉਹ 4 ਬੋਰੀਆਂ ਨੂੰ ਕੱਢਿਆ ਜਾਂਦਾ ਬਾਹਰ ਅਤੇ ਜਦੋਂ ਹੀ ਬੋਰੀਆਂ ਖੋਲ੍ਹੀਆਂ ਜਾਂਦੀਆਂ ਅਤੇ ਉਹਨਾਂ ਦੇ ਵਿੱਚੋਂ 4 ਲਾਸਾਂ ਨਿਕਲ। ਇਹਨਾਂ ਲਾਸਾਂ ਦੇ ਵਿੱਚ ਇੱਕ ਲਾਸ ਮਕਸੂਦ ਆਲਮ ਦੀ ਸੀ, ਇੱਕ ਉਸਦੇ ਘਰ ਵਾਲੀ ਸੀ ਨੀਸ਼ਾ ਅਤੇ ਇੱਕ ਉਸਦੀ ਬੇਟੀ ਸੀ ਖਾਤੂਨ ਅਤੇ ਇੱਕ ਉਹਨਾਂ ਦਾ ਬੇਟਾ ਸੀਗਾ ਬਬਲੂ ਜੋ ਕਿ ਸਿਰਫ 3 ਸਾਲਾਂ ਦਾ ਸੀ। ਇਹਨਾਂ ਲਾਸਾਂ ਦੀ ਪਹਿਚਾਣ ਹੁੰਦੀ ਹੈ, ਮਾਲਕ ਇਹਨਾਂ ਲਾਸਾਂ ਨੂੰ ਪਹਿਚਾਣ ਲੈਂਦਾ ਹੈ, ਫੈਕਟਰੀ ਦੇ ਵਿੱਚ ਕੰਮ ਕਰਦੇ ਸੀ। ਹੁਣ ਉਸ ਤੋਂ ਬਾਅਦ ਵੱਡਾ ਸਵਾਲ ਇਹ ਸੀ ਕਿ ਜਿਹੜੇ ਬਾਕੀ ਦੇ ਮਜ਼ਦੂਰ ਨੇ ਉਹ ਕਿੱਥੇ ਨੇ। ਜਦੋਂ ਪੁਲਿਸ ਜਾਂਚ ਕਰਦੀ ਆ, ਭਾਲ ਵੀ ਕਰਦੀ ਹੈ ਪਰ ਕਿਤੋਂ ਕੁਝ ਵੀ ਨਹੀਂ ਲੱਭਦਾ, ਉਸ ਤੋਂ ਬਾਅਦ ਪੁਲਿਸ ਜਿਹੜੀ ਹੁੰਦੀ ਉਹ ਤੈਅ ਕਰਦੀ ਹੈ ਕਿ ਕਿਉਂ ਨਾ ਇਸ ਖੂਹ ਦੀ ਗਹਿਰਾਈ ਤੱਕ ਜਾ ਕੇ ਇਹਦੀ ਜਾਂਚ ਕੀਤੀ ਜਾਵੇ, ਹੋਰ ਲੋਕਾਂ ਦੀ ਜਿਹੜੀ ਭਾਲ ਉਹ ਕੀਤੀ ਜਾਵੇ। ਪੁਲਿਸ ਦੇ ਵੱਲੋਂ ਇੱਕ ਟੀਮ ਬਣਾਈ ਜਾਂਦੀ ਹੈ, ਟੀਮ ਬਣਾ ਕੇ ਜਦੋਂ ਪੁਲਿਸ ਆਪਣੀ ਟੀਮ ਨੂੰ ਖੂਹ ਦੇ ਵਿੱਚ ਉਤਾਰਦੀ ਹੈ ਅਤੇ ਜੋ ਕੁਝ ਉੱਥੋਂ ਦਿਖਦਾ ਜੋ ਕੁਝ ਉੱਥੋਂ ਨਿਕਲਦਾ ਸਾਰੇ ਹੈਰਾਨ ਹੋ ਜਾਂਦੇ ਨੇ ਅਤੇ 5 ਲਾਸਾਂ ਜਿਹੜੀਆਂ ਹੁੰਦੀਆਂ ਨੇ ਉਹ ਹੋਰ ਉਸ ਖੂਹ ਦੇ ਵਿੱਚੋਂ ਲੱਭਦੀਆਂ ਨੇ। ਉਹਨਾਂ ਲਾਸਾਂ ਨੂੰ ਬਾਹਰ ਕੱਢ ਲਿਆ ਜਾਂਦਾ ਹੈ, ਇਹ ਵੀ ਫੈਕਟਰੀ ਦੇ ਵਿੱਚ ਕੰਮ ਕਰਦੇ ਮਜ਼ਦੂਰ ਸੀ ਜਿਨ੍ਹਾਂ ਦੇ ਵਿੱਚ ਸ਼ਾਮਿਲ ਸੀ ਸ਼ਾਹਬਾਜ਼, ਆਲਮ, ਸੁਹੇਲ, ਸਲੀਕ, ਸਿਆਮ ਅਤੇ ਸ੍ਰੀ ਰਾਮ। ਇਹਨਾਂ ਮਜ਼ਦੂਰਾਂ ਦੀਆਂ ਵੀ ਲਾਸਾਂ ਕੱਢ ਲਈਆਂ ਜਾਂਦੀਆਂ ਨੇ। ਇਹ ਸਾਰੀਆਂ ਲਾਸਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੀਆਂ ਡਾਕਟਰੀ ਕਾਰਵਾਈ ਹੁੰਦੀ ਹੈ, ਉਹਨਾਂ ਦੀਆਂ ਜਿਹੜਾ ਪੋਸਟਮਾਸਟਰ ਹੁੰਦੇ ਨੇ, ਜਿਹੜੀਆਂ ਰਿਪੋਰਟਾਂ ਹੁੰਦੀਆਂ ਨੇ, ਜਿਹੜੇ ਉਹਨਾਂ ਦੇ ਸੈਂਪਲ ਹੁੰਦੇ ਨੇ ਉਹ ਵੱਡੀਆਂ ਲੈਬਾਂ ਨੂੰ ਭੇਜ ਦਿੱਤੇ ਜਾਂਦੇ ਨੇ। ਪਰ ਪੁਲਿਸ ਇਹ ਕੋਈ ਪਤਾ ਨਹੀਂ ਲਾ ਸਕਦੀ ਹੁੰਦੀ ਕਿ ਇਹ ਕਤਲ ਹੋਏ ਕਿਵੇਂ ਨੇ, ਕਿਉਂਕਿ ਪੁਲਿਸ ਸੋਚਦੀ ਹੈ ਕਿ ਖੁਦਕੁਸ਼ੀ ਕੀਤੀ ਹੋ ਸਕਦੀ ਹੈ ਪਰ ਇਹ ਹੋ ਹੀ ਨਹੀਂ ਸਕਦਾ ਕਿਉਂਕਿ 9 ਲੋਕ ਅਤੇ ਬਾਕੀ ਉਹਨਾਂ ਨੂੰ ਬੋਰੀਆਂ ਦੇ ਵਿੱਚ ਬੰਦ ਕੀਤਾ ਹੋਇਆ ਸੀ। ਪੁਲਿਸ ਬਸ ਇੰਨੀ ਕੁ ਜਾਣਕਾਰੀ ਇਕੱਠੀ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਕਿ 20 ਮਾਰਚ ਦੀ ਰਾਤ ਨੂੰ ਮਕਸੂਦ ਆਲਮ ਦਾ ਜਿਹੜਾ ਪੁੱਤਰ ਹੁੰਦਾ 3 ਸਾਲਾਂ ਦਾ ਬਬਲੂ ਉਹਦਾ ਜਨਮ ਦਿਨ ਜਿਹੜਾ ਫੈਕਟਰੀ ਦੇ ਵਿੱਚ ਮਨਾਇਆ ਗਿਆ ਸੀ। ਜਦੋਂ ਇੰਨੀ ਕੁ ਜਾਣਕਾਰੀ ਸਿਰਫ ਪੁਲਿਸ ਕੋਲ ਆਉਂਦੀ ਹੈ ਉਸ ਤੋਂ ਬਾਅਦ ਡਾਕਟਰੀ ਰਿਪੋਰਟਾਂ ਵੀ ਆ ਜਾਂਦੀਆਂ ਨੇ, ਉਸ ਦੇ ਵਿੱਚ ਹੁੰਦਾ ਕਿ ਇਹਨਾਂ ਦੀ ਜਿਹੜੀ ਮੌਤ ਆ ਉਹ 20 ਤਰੀਕ ਤੋਂ 21 ਤਰੀਕ ਦੇ ਵਿੱਚ ਵਿੱਚ ਹੋਈ ਆ, ਪਰ ਪੁਲਿਸ ਕੋਲ ਉਸ ਤੋਂ ਬਾਅਦ ਵੀ ਕੁਝ ਉਹਨਾਂ ਦੇ ਹੱਥ ਨਹੀਂ ਲੱਗਦਾ ਕਿ ਕਿਵੇਂ ਇਹ ਕਤਲ ਹੋਏ ਨੇ, ਕਿਸ ਨੇ ਕੀਤੇ ਨੇ,
ਪੁਲਿਸ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਵੀ ਹੁੰਦੀ ਹੈ, ਬਹੁਤ ਸਾਰੀਆਂ ਟੀਮਾਂ ਤਿਆਰ ਕਰਦੀ ਹੈ, ਆਪਣੇ ਸੋਰਸ ਵੀ ਲਾਉਂਦੀ ਹੈ। ਉਸ ਤੋਂ ਬਾਅਦ ਕੀ ਹੁੰਦਾ ਹੈ, ਇਸ ਕਤਲ ਦੇ ਵਿੱਚ ਇੱਕ ਨਵਾਂ ਮੋੜ ਆਉਂਦਾ ਹੈ। ਇੱਕ ਬੰਦਾ ਹੁੰਦਾ ਜਿਹੜਾ ਥਾਣੇ ਦੇ ਵਿੱਚ ਆਉਂਦਾ ਪੁਲਿਸ ਦੇ ਕੋਲ, ਉਹਦੇ ਕੋਲ ਜਿਹੜੇ ਦੋ ਫੋਨ ਹੁੰਦੇ ਨੇ, ਉਹ ਪੁਲਿਸ ਨੂੰ ਫੋਨ ਦਿੰਦਾ ਅਤੇ ਉਹ ਆਖਦਾ ਕਿ ਮੈਨੂੰ ਜਿਹੜੀ ਸੋਨਾਲੀਕਾ ਫੈਕਟਰੀ ਹੈ ਟਰੈਕਟਰ ਤਿਆਰ ਕਰਨ ਵਾਲੀ, ਉੱਥੋਂ ਮਿਲੇ ਨੇ। ਅਤੇ ਪੁਲਿਸ ਜਦੋਂ ਜਾਂਚ ਕਰਦੀ ਹੈ ਉਹਨਾਂ ਫੋਨਾਂ ਦੀ, ਅਤੇ ਇੱਕ ਫੋਨ ਉਹਨਾਂ ਦੇ ਵਿੱਚੋਂ ਮਕਸੂਦ ਆਲਮ ਦੀ ਘਰਵਾਲੀ ਨਿਸ਼ਾ ਦਾ ਹੁੰਦਾ ਹੈ, ਅਤੇ ਇੱਕ ਫੋਨ ਹੁੰਦਾ ਸ੍ਰੀ ਰਾਮ ਦਾ ਜਿਹੜਾ ਕਿ ਮਜ਼ਦੂਰ ਹੁੰਦਾ, ਜਿਹੜੀ ਕਿ ਲਾਸ਼ ਬਾਅਦ ਦੇ ਵਿੱਚੋਂ ਖੂਹ ਦੇ ਵਿੱਚੋਂ ਮਿਲਦੀ ਹੈ। ਫਿਰ ਕੀ ਹੁੰਦਾ, ਜਿੱਥੋਂ ਇਹ ਫੋਨ ਮਿਲੇ ਹੁੰਦੇ ਨੇ ਉਹ ਏਰੀਏ ਦੇ ਵਿੱਚ ਜਿੰਨੇ ਵੀ CCTV ਕੈਮਰੇ ਲੱਗੇ ਹੁੰਦੇ ਨੇ ਉਹਨਾਂ ਨੂੰ ਖੰਗਾਲਿਆ ਜਾਂਦਾ, ਉਹਨਾਂ ਦੀਆਂ ਵੀਡੀਓ ਲਈਆਂ ਜਾਂਦੀਆਂ ਨੇ, ਉਹਨਾਂ ਦੇ ਵਿੱਚ ਦੇਖਿਆ ਜਾਂਦਾ ਕਿ ਕਿਹੜੇ ਕਿਹੜੇ ਬੰਦੇ ਜਿਹੜੇ ਇੱਧਰ ਆਏ ਸੀ। ਜਿਹੜਾ ਫੋਨ ਰੱਖਣ ਵਾਲਾ ਬੰਦਾ ਹੁੰਦਾ ਸਾਈਕਲ 'ਤੇ ਆਉਂਦਾ, ਉਹ 20 ਮਈ ਨੂੰ ਆਉਂਦਾ ਅਤੇ 21 ਮਈ ਨੂੰ ਉਸ ਏਰੀਏ ਦੇ ਵਿੱਚੋਂ ਉਹ ਵਾਪਸ ਚਲ ਜਾਂਦਾ। ਪੁਲਿਸ ਫਿਰ ਜਿਹੜੀ ਹੁੰਦੀ ਆ ਉਸ ਸਾਈਕਲ ਵਾਲੇ ਬੰਦੇ ਨੂੰ ਲੱਭਣ ਦੇ ਵਿੱਚ ਜੁੱਟ ਜਾਂਦੀ ਹੈ, ਉਹ ਟੀਮਾਂ ਬਣਾਉਂਦੀ ਆ ਆਪਣੀਆਂ। ਉਸ ਤੋਂ ਬਾਅਦ 25 ਮਈ ਨੂੰ ਇਸ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ, ਗ੍ਰਿਫਤਾਰ ਕੀਤਾ ਜਾਂਦਾ ਅਤੇ ਫਿਰ ਇਹਦਾ ਨਾਮ ਹੁੰਦਾ ਸੰਜੇ ਕੁਮਾਰ ਯਾਦਵ, ਉਹੀ ਸੰਜੇ ਕੁਮਾਰ ਯਾਦਵ ਜਿਹੜੇ ਨੂੰ ਰਫੀਕਾ ਦੇ ਨਾਲ ਪਿਆਰ ਹੋਇਆ। ਫਿਰ ਕੀ ਹੁੰਦਾ ਹੈ, ਜਦੋਂ ਇਹ ਪੁਲਿਸ ਤੋਂ ਜਾਂਚ ਕਰਦੀ ਹੈ, ਪੁੱਛਗਿੱਛ ਕਰਦੀ ਹੈ, ਤਾਂ ਇਹ ਆਖਦਾ ਜੀ ਉਹ ਮੇਰੇ ਦੋਸਤ ਸੀਗੇ ਜਿਨ੍ਹਾਂ ਨਾਲ ਮੈਂ ਕੰਮ ਕਰਦਾ ਸੀ, ਮੈਂ ਉਹਨਾਂ ਦਾ ਕਤਲ ਕਿਵੇਂ ਕਰ ਸਕਦਾ, ਇਹ ਆਖਦਾ ਮੈਨੂੰ ਵੀ ਇਸ ਗੱਲ ਦਾ ਦੁੱਖ ਹੈ, ਜਾਣੀ ਕਿ ਨਾਟਕ ਕਰਦਾ। ਉਸ ਤੋਂ ਬਾਅਦ ਜਦੋਂ ਪੁਲਿਸ ਥੋੜ੍ਹੀ ਸਖਤ ਹੁੰਦੀ ਹੈ, ਸਖਤੀ ਦੇ ਨਾਲ ਇਹ ਤੋਂ ਪੁੱਛਗਿੱਛ ਕਰਦੀ ਹੈ, ਉਸ ਤੋਂ ਬਾਅਦ ਇਹ ਫਿਰ ਜੋ ਖੁਲਾਸੇ ਕਰਦਾ ਉਹ ਸਾਰਿਆਂ ਨੂੰ ਹੈਰਾਨ ਕਰ ਦਿੰਦੇ। ਇਹ ਜੋ ਕੁਝ ਦੱਸਦਾ ਪੁਲਿਸ ਵੀ ਸੁਣ ਕੇ ਦੰਗ ਰਹਿ ਜਾਂਦੀ ਹੈ ਕਿ ਕਿਵੇਂ ਇੱਕ ਪਿਆਰ ਦੇ ਚੱਕਰ ਦੇ ਵਿੱਚ ਇੱਕ ਤੋਂ ਬਾਅਦ ਇਹਨੇ 10 ਕਤਲ ਕੀਤੇ। ਅਸਲ ਦੇ ਵਿੱਚ ਇੱਕ ਕਤਲ ਨੂੰ ਸਪਾਉਣ ਦੇ ਲਈ ਇਸ ਬੰਦੇ ਨੇ 10 ਕਤਲ ਕੀਤੇ। ਤਾਂ ਫਿਰ ਕੀ ਹੁੰਦਾ, ਇਹ ਦੱਸਦਾ ਹੈ ਕਿ 2014 ਦੇ ਵਿੱਚ ਮੈਂ ਬਿਹਾਰ ਤੋਂ ਤੇਲੰਗਾਨਾ ਦੇ ਵਿੱਚ ਆਇਆ ਸੀ ਕੰਮ ਕਰਨ ਦੇ ਲਈ। ਉਦੋਂ ਇਹ ਦੱਸਦਾ ਕਿ ਮੇਰੀ ਮੁਲਾਕਾਤ ਜਿਹੜੀ ਹੁੰਦੀ ਉਹ ਮਕਸੂਦ ਆਲਮ ਦੇ ਨਾਲ ਹੁੰਦੀ ਹੈ, ਸਰਸਰੀ ਮੁਲਾਕਾਤ ਸੀਗੀ। ਅਤੇ ਮਕਸੂਦ ਆਲਮ ਨੂੰ ਆਖਦਾ ਕਿ ਮੈਨੂੰ ਕੰਮ ਚਾਹੀਦਾ। ਆਮ ਤੌਰ 'ਤੇ ਮਜ਼ਦੂਰਾਂ ਦਾ ਹੀ ਹੁੰਦਾ, ਪ੍ਰਵਾਸੀ ਮਜ਼ਦੂਰਾਂ ਦਾ, ਕਿ ਉਹ ਆਖਦਾ ਮੈਨੂੰ ਕੰਮ ਚਾਹੀਦਾ। ਮਕਸੂਦ ਆਲਮ ਜਿਹੜਾ ਹੁੰਦਾ ਇਹਦੇ ਨਾਲ ਗੱਲਬਾਤ ਕਰਦਾ, ਕੰਮ ਬਾਰੇ ਗੱਲਬਾਤ ਕਰਦਾ। ਉਸ ਤੋਂ ਬਾਅਦ ਇਹਨੂੰ ਆਪਣੀ ਹੀ ਫੈਕਟਰੀ ਜਿੱਥੇ ਜਾਣੀ ਕਿ ਉਹ ਕੰਮ ਕਰਦਾ ਹੁੰਦਾ ਉੱਥੇ ਇਹਨੂੰ ਕੰਮ 'ਤੇ ਲਵਾ ਦਿੰਦਾ। ਜਿਹੜਾ ਮਕਸੂਦ ਆਲਮ ਹੁੰਦਾ ਉਹਦਾ ਹੋਰ ਪਰਿਵਾਰ ਵੀ ਉਸ ਫੈਕਟਰੀ ਦੇ ਵਿੱਚ ਹੁੰਦਾ। ਮਕਸੂਦ ਆਲਮ ਦੀ ਘਰਵਾਲੀ ਹੁੰਦੀ ਹੈ ਨੀਸ਼ਾ, ਉਸਦੀ ਬੇਟੀ ਹੁੰਦੀ ਹੈ, ਉਸਦਾ ਬੇਟਾ ਹੁੰਦਾ, ਉਹ ਆਪਣੇ ਉੱਥੇ ਉਸ ਫੈਕਟਰੀ ਦੇ ਵਿੱਚ ਕੰਮ ਕਰਦੇ ਹੁੰਦੇ ਨੇ। ਅਤੇ ਉੱਥੇ ਹੀ ਜਿਹੜਾ ਹੁੰਦਾ ਸੰਜੇ ਕੁਮਾਰ ਯਾਦਵ ਨੂੰ ਹੁਲਵਾ ਦਿੰਦੇ। ਅਤੇ ਫਿਰ ਨੀਸ਼ਾ ਜਿਹੜੀ ਹੁੰਦੀ ਹੈ ਮਕਸੂਦ ਆਲਮ ਦੇ ਘਰਾਂ ਵਾਲੀ, ਉਹਦੀ ਇੱਕ ਰਿਸ਼ਤੇਦਾਰ ਹੁੰਦੀ ਹੈ ਰਫੀਕਾ। ਰਫੀਕਾ ਵੀ ਉਸ ਫੈਕਟਰੀ ਦੇ ਵਿੱਚ ਕੰਮ ਕਰਦੀ ਹੁੰਦੀ ਹੈ, ਕਿਉਂਕਿ ਉਹਦਾ ਤਲਾਕ ਹੋ ਚੁੱਕਿਆ ਸੀ, ਉਹਦੇ 3 ਬੱਚੇ ਸੀ, ਉਹ ਆਪਣੇ ਬੱਚਿਆਂ ਦੇ ਸਮੇਤ ਇਸ ਫੈਕਟਰੀ ਦੇ ਵਿੱਚ ਕੰਮ ਕਰਦੀ ਸੀ। ਉਹ ਜਿਹੜੇ ਉੱਥੋਂ ਦੇ ਜਿੰਨੇ ਵੀ ਬੰਦੇ ਸੀ ਕੰਮ ਕਰਨ ਵਾਲੇ, ਉਹਨਾਂ ਦਾ ਖਾਣਾ ਤਿਆਰ ਕਰਦੀ ਸੀ ਰਫੀਕਾ। ਰਫੀਕਾ ਜਿਹੜੀ ਸੀ ਉਹ ਨੀਸ਼ਾ ਦੀ ਰਿਸ਼ਤੇਦਾਰ ਸੀ, ਜਾਣੀ ਕਿ ਮਕਸੂਦ ਆਲਮ ਦੀ ਰਿਸ਼ਤੇਦਾਰ ਸੀ। ਚਲੋ ਜੀ, ਇਹ ਕੰਮ ਕਾਰ ਕਰਦਾ ਹੈ ਅਤੇ ਪਰਿਵਾਰ 'ਤੇ ਇਹਦਾ ਪਰਿਵਾਰ ਨੂੰ ਇਹਦੇ ਵਿਸ਼ਵਾਸ ਹੋ ਜਾਂਦਾ ਸੰਜੇ ਕੁਮਾਰ ਯਾਦਵ 'ਤੇ, ਇਹ ਉਹ ਪਰਿਵਾਰ ਦੇ ਨਾਲ ਹੀ ਰਹਿਣ ਲੱਗ ਜਾਂਦਾ ਫੈਕਟਰੀ ਦੇ ਅੰਦਰ। ਹੌਲੀ ਹੌਲੀ ਕੀ ਹੁੰਦਾ ਹੈ ਕਿ ਰਫੀਕਾ ਜਿਹੜੀ ਹੁੰਦੀ ਆ ਉਹਦੇ ਨਾਲ ਇਹਦੀ ਨੇੜਤਾ ਵੱਧ ਜਾਂਦੀ ਹੈ, ਉਹ ਨੇੜਤਾ ਹੌਲੀ 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 ਪਿਆਰ ਦੇ ਵਿੱਚ ਬਦਲ ਜਾਂਦੀ ਹੈ। ਜਿਹੜੀ ਰਫੀਕਾ ਹੁੰਦੀ ਉਹਨੂੰ ਬੜਾ ਵਧੀਆ ਲੱਗਦਾ, ਉਹ ਸੋਚਦੀ ਹੈ ਕਿ ਮੈਨੂੰ ਬਹੁਤ ਪਿਆਰ ਕਰਦਾ, ਪਰ ਅਸਲ ਇਦੋਂ ਵੱਧ ਕੇ ਹੋਰ ਇੱਕ ਕਹਾਣੀ ਸੀ, ਜਿਹੜੀ ਕਹਾਣੀ ਕਰਕੇ ਸਾਰਾ ਕੁਝ ਹੋਇਆ, ਜਿਹਦੇ ਕਰਕੇ ਮੰਨ ਲਓ ਇਹ ਕਤਲ ਹੋ ਗਏ। ਰਫੀਕਾ ਜਿਹੜੀ ਹੁੰਦੀ ਆ ਉਹ ਇਹਨੂੰ ਗੱਲਬਾਤ ਕਰਦੀ ਹੈ ਅਤੇ ਇਕੱਠੇ ਰਹਿੰਦੇ ਨੇ। ਹੌਲੀ ਹੌਲੀ ਇਹਨਾਂ ਦੇ ਵਿੱਚ ਫਰਕ ਪੈਣਾ ਸ਼ੁਰੂ ਹੋ ਜਾਂਦਾ। ਫਰਕ ਇਸ ਗੱਲ ਨੂੰ ਲੈ ਕੇ ਪੈਣਾ ਸ਼ੁਰੂ ਹੁੰਦਾ ਹੈ ਕਿ ਰਫੀਕਾ ਨੂੰ ਪਤਾ ਲੱਗਦਾ ਕਿ ਜਿਹੜਾ ਸੰਜੇ ਕੁਮਾਰ ਹੈ ਇਹ ਮੇਰੀ ਜਿਹੜੀ ਲੜਕੀ ਆ, ਜਿਹੜੀ ਉਹਦੀ ਕੁੜੀ ਸੀਗੀ 16 ਸਾਲਾਂ ਦੀ ਉਮਰ ਸੀ, ਵੀ ਉਹ 'ਤੇ ਇਹ ਅੱਖ ਰੱਖਦਾ। ਉਹ ਇਹਨੂੰ ਪੁੱਛਦੀ ਹੈ ਵੀ ਤੂੰ ਇਹ ਗੱਲ ਗਲਤ ਕਰ ਰਿਹਾ, ਅਤੇ ਜਿਹੜਾ ਸੰਜੇ ਹੁੰਦਾ ਇਹ ਕਹਿੰਦਾ ਨਹੀਂ ਵੀ ਤੇਰੀ ਕੁੜੀ ਆ ਜਾਂ ਮੇਰੀ ਕੁੜੀ ਇਹਦੇ 'ਚ ਕੀ ਫਰਕ ਆ, ਨਾ ਮੈਂ ਇਹੋ ਜਿਹਾ ਕੁਛ ਨਹੀਂ ਸੋਚਦਾ। ਪਰ ਜਿਹੜੀ ਰਫੀਕਾ ਹੁੰਦੀ ਉਹ ਥੋੜ੍ਹੀ ਤਾਂ ਸੰਤੁਸ਼ਟ ਹੁੰਦੀ ਹੈ ਵੀ ਠੀਕ ਹੈ ਇਹਦੀ ਗੱਲ, ਪਰ ਉਹ ਫਿਰ ਉਸ ਤੋਂ ਬਾਅਦ ਉਹਨੂੰ ਲੱਗਦਾ ਕਿ ਵਿਆਹ ਕਰਵਾ ਲੈਣਾ ਚਾਹੀਦਾ, ਕਿਉਂਕਿ ਉਹ ਤੱਕ ਉਹਨੇ ਵਿਆਹ ਹੀ ਨਹੀਂ ਹਲੇ ਕਰਵਾਇਆ ਹੁੰਦਾ, ਉਹ ਪੈਸੇ ਇਕੱਠੇ ਰਹਿ ਰਹੇ ਹੁੰਦੇ। ਉਹ ਫਿਰ ਕਹਿੰਦੀ ਵੀ ਆਪਾਂ ਵਿਆਹ ਕਰਵਾਉਣਾ, ਉਹ ਜਿੱਦ ਕਰਦੀ ਹੈ ਅਤੇ ਪ੍ਰੈਸ਼ਰ ਵੀ ਬਣਾਉਂਦੀ ਹੈ, ਇਹ ਜਿਹੜਾ ਸੰਜੇ ਹੁੰਦਾ ਇਹ ਬਹੁਤ ਬਹਾਨੇ ਲਾਉਂਦਾ। ਅਤੇ ਪਰ ਅਖੀਰ ਮੰਨ ਲਓ ਉਹਨੂੰ ਮੰਨਣਾ ਪੈਂਦਾ ਕਿ ਹਾਂ ਵੀ ਵਿਆਹ ਕਰਵਾਉਣ ਦੇ ਲਈ, ਉਹ ਹਾਂ ਕਰ ਦਿੰਦਾ। ਫਿਰ ਇਹ 6 ਮਾਰਚ 2020 ਨੂੰ, ਕਿਉਂਕਿ ਜਿਹੜਾ ਰਫੀਕਾ ਦਾ ਪਰਿਵਾਰ ਹੁੰਦਾ ਉਹਦੇ ਮਾਪੇ ਹੁੰਦੇ ਆ ਉਹ ਬੰਗਾਲ ਦੇ ਵਿੱਚ ਰਹਿੰਦੇ ਹੁੰਦੇ ਆ, ਉਹ ਆਖਦੇ ਆ ਕਿ ਆਪਾਂ ਬੰਗਾਲ ਦੇ ਵਿੱਚ ਜਾਵਾਂਗੇ ਮਾਂ ਬਾਪ ਨੂੰ ਮਿਲਣ ਦੇ ਲਈ। ਫਿਰ ਇਹ 6 ਮਾਰਚ 2020 ਨੂੰ ਇੱਕ ਵਰੰਗਲ ਤੋਂ ਟ੍ਰੇਨ ਜਾਂਦੀ ਹੈ ਤੇਲੰਗਾਨਾ ਤੋਂ ਗਰੀਬ ਰੱਥ, ਉਹ 'ਤੇ ਇਹ ਸਵਾਰ ਹੋ ਜਾਂਦੇ ਪੱਛਮੀ ਬੰਗਾਲ ਦੇ ਲਈ। ਫਿਰ ਜਿਹੜਾ ਇਹ ਸੰਜੇ ਕੁਮਾਰ ਹੁੰਦਾ ਇਹ ਵੀ ਦੱਸਦਾ ਹੈ ਕਿ ਅਸਲ ਦੇ ਵਿੱਚ ਮੈਂ ਰਫੀਕਾ ਨੂੰ ਤਾਂ ਪਿਆਰ ਹੀ ਨਹੀਂ ਕਰਦਾ ਸੀ, ਨਾ ਹੀ ਉਹਨੂੰ ਪਸੰਦ ਕਰਦਾ ਸੀ, ਮੈਂ ਤਾਂ ਉਹਦੀ ਜਿਹੜੀ ਕੁੜੀ ਸੀ ਨੀਸ਼ਾ ਉਹਨੂੰ ਪਿਆਰ ਕਰਦਾ ਸੀ, ਉਹਨੂੰ ਪਸੰਦ ਕਰਦਾ ਸੀ, ਇਸੇ ਚੱਕਰ 'ਚ ਹੀ ਮੈਂ ਰਫੀਕਾ ਦੇ ਨਾਲ ਹੌਲੀ ਹੌਲੀ ਸੰਬੰਧ ਜੋੜੇ, ਉਹਦੇ ਤੱਕ ਪਹੁੰਚਣ ਦੇ ਲਈ ਰਫੀਕਾ ਨੂੰ ਮੈਨੂੰ ਲੈ ਕੇ ਆਉਣਾ ਪਿਆ ਵਿੱਚ। ਅਤੇ ਜਦੋਂ ਮੈਨੂੰ ਪਤਾ ਲੱਗਿਆ ਵੀ ਰਫੀਕਾ ਹੀ ਰਾਹ ਦਾ ਰੋੜਾ ਬਣ ਰਹੀ ਹੈ ਵੀ ਮੇਰਾ ਨੀਸ਼ਾ ਦੇ ਚੱਕਰ 'ਚ, ਅਤੇ ਮੈਂ ਇਹਨੂੰ ਹਟਾਉਣ ਦੀ ਜਿਹੜੀ ਬਿਆਉਂਤ ਬਣਾ, ਇਹ ਦੱਸਦਾ। ਫਿਰ ਕਹਿੰਦਾ ਵੀ ਟ੍ਰੇਨ ਦੇ
ट्रेन ਦੇ ਵਿੱਚ ਜਦੋਂ ਸਵਾਰ ਹੋ ਗਏ ਤੇ ਉਸ ਤੋਂ ਬਾਅਦ ਕਹਿੰਦਾ ਫਿਰ ਮੈਂ ਇੱਕ ਚਾਹ ਜਿਹੜੀ ਹੁੰਦੀ ਆ ਉਹ ਲੈ ਕੇ ਆਉਣਾ। ਚਾਹ ਦੇ ਵਿੱਚ ਬੇਹੋਸ਼ੀ ਦੀਆਂ ਗੋਲੀਆਂ ਮਿਲਾ ਦਿੰਦਾ ਹੈ, ਬੇਹੋਸ਼ੀ ਦੀਆਂ ਗੋਲੀਆਂ ਮਿਲਾ ਦਿੰਦਾ ਹੈ ਤੇ ਜਿਹੜੀ ਰਫੀਕਾ ਹੁੰਦੀ ਆ ਉਹ ਬੇਹੋਸ਼ ਹੋ ਜਾਂਦੀ ਹੈ। ਉਹ ਫਿਰ ਇਹ ਰਾਤ ਦੇ ਹਨੇਰੇ ਦੇ ਵਿੱਚ ਉਹਦਾ ਗਲਾ ਘੁੱਟ ਕੇ ਉਹਦੀ ਹੱਤਿਆ ਕਰ ਦਿੰਦਾ ਹੈ। ਉਸ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਵਿੱਚ ਜਦੋਂ ਟ੍ਰੇਨ ਮੰਨ ਲਓ ਐਂਟਰ ਹੋ ਜਾਂਦੀ ਹੈ ਤੇ ਉੱਥੇ ਇਹ ਫਿਰ ਜਿਹੜਾ ਵੈਸਟ ਗੋਦਾਵਰੀ ਜ਼ਿਲ੍ਹਾ ਗਾ ਆਂਧਰਾ ਪ੍ਰਦੇਸ਼ ਦਾ, ਉੱਥੇ ਇਹ ਫਿਰ ਉਹਨੂੰ ਟ੍ਰੇਨ ਦੇ ਵਿੱਚੋਂ ਸੁੱਟ ਦਿੰਦਾ ਬਾਹਰ। ਇਹ ਫਿਰ ਉੱਥੇ ਵਾਪਸ ਬਰੰਗਲ ਨੂੰ ਉੱਥੋਂ ਉਤਰ ਜਾਂਦਾ, ਉਸ ਟ੍ਰੇਨ ਤੋਂ ਵਾਪਸ ਇਹ ਬਰੰਗਲ ਵਾਲੀ ਟ੍ਰੇਨ ਲੈ ਕੇ ਵਾਪਸ ਆ ਜਾਂਦਾ। ਉਹ ਜਿਹੜੀ ਲਾਸ਼ ਹੁੰਦੀ ਹੈਗੀ ਜਿਹੜੀ ਰਫੀਕਾ ਦੀ, ਉੱਥੋਂ ਦੀ ਜਿਹੜੀ ਪੁਲਿਸ ਹੁੰਦੀ ਆਂਧਰਾ ਪ੍ਰਦੇਸ਼ ਦੀ, ਉਹ ਕੋਸ਼ਿਸ਼ ਕਰਦੀ ਹੈ ਵੀ ਇਸ ਦਾ ਪਤਾ ਕੀਤਾ ਜਾਵੇ ਕਿੱਥੋਂ ਦੀ ਰਹਿਣ ਵਾਲੀ ਆ, ਪਰ ਉਹਦਾ ਕੋਈ ਪਤਾ ਹੀ ਨਹੀਂ ਲੱਗਦਾ। ਇਹ ਜਦੋਂ ਵਾਪਸ ਆਉਂਦਾ ਤੇ ਜਿਹੜੇ ਰਫੀਕਾ ਦੇ ਬੱਚੇ ਹੁੰਦੇ ਨੇ, ਤਿੰਨੋਂ ਬੱਚੇ, ਉਹਦੀ ਕੁੜੀ ਵੀ ਹੁੰਦੀ ਆ, ਉਹਦੇ ਦੋ ਛੋਟੇ ਹੋਰ ਬੱਚੇ ਹੁੰਦੇ ਨੇ, ਉਹ ਸਵਾਲ ਕਰਦੇ ਨੇ ਕਿ ਸਾਡੀ ਮੰਮੀ ਕਿੱਥੇ ਆ। ਫਿਰ ਉਹਨਾਂ ਨੂੰ ਆਖਦਾ ਕਿ ਉਹ ਜਿਹੜੀ ਤੁਹਾਡੀ ਮੰਮੀ ਆ ਉਹ ਤੁਹਾਡੇ ਨਾਨਾ ਨਾਨੀ ਕੋਲ ਹੀ ਮਤਲਬ ਰੁਕ ਗਈ ਆ, ਉਹ ਹਲੇ ਠਹਿਰ ਕੇ ਹੋ। ਜਿਹੜੀ ਨੀਸ਼ਾ ਹੁੰਦੀ ਆ ਤੇ ਮਕਸੂਦ ਆਲਮ ਹੁੰਦਾ, ਉਹ ਆਖਦੇ ਨੇ ਕਿ ਤੂੰ ਨੀਸ਼ਾ ਬਾਰੇ ਦੱਸ ਆਪਣਾ, ਸੋਰੀ ਆਪਣੀ ਜਿਹੜੀ ਰਫੀਕਾ ਬਾਰੇ ਦੱਸ। ਇਹ ਕਹਦਾ ਵੀ ਉਹ ਫਲਾਨਾ ਉੱਥੇ ਰਹਿ ਵੀ ਹਲੇ ਠਹਿਰ ਕੇ ਹੋ। ਜਦੋਂ ਇਹ ਨੀਸ਼ਾ ਜਿਹੜੀ ਹੁੰਦੀ ਆ ਮਕਸੂਦ ਆਲਮ ਦੇ ਘਰ ਵਾਲੀ, ਉਹ ਫੋਨ ਮਿਲਾਉਣ ਦੀ ਕੋਸ਼ਿਸ਼ ਵੀ ਕਰਦੀ ਹੈ ਪਰ ਫੋਨ ਲੱਗ ਨਹੀਂ ਰਿਹਾ ਹੁੰਦਾ, ਉਹਨਾਂ ਨੂੰ ਸ਼ੱਕ ਪੈਣਾ ਸ਼ੁਰੂ ਹੋ ਜਾਂਦਾ। ਤੇ ਜਦੋਂ ਇਹ ਤੇ ਪ੍ਰੈਸ਼ਰ ਜਦੋਂ ਬਣਾਉਂਦੇ ਨੇ ਉਹ, ਤੇ ਉਹ ਆਖਦੇ ਨੇ ਕਿ ਅਸੀਂ ਪੁਲਿਸ ਕੋਲ ਕੰਪਲੇਂਟ ਕਰਾਂਗੇ, ਨਹੀਂ ਦੱਸ। ਉੱਥੋਂ ਇਹ ਬਿਨਾਂ ਦੱਸੇ ਫਿਰ ਅਲੋਪ ਹੋ ਜਾਂਦਾ, ਜਿਹੜਾ ਆਪਣਾ ਸੰਜੇ ਕੁਮਾਰ ਯਾਦ ਹੁੰਦਾ। ਕੋਰੋਨਾ ਦਾ ਦੌਰ ਸੀ, ਉਸ ਤੋਂ ਬਾਅਦ ਇਹ ਇੱਧਰ ਉੱਧਰ ਭਟਕਦਾ ਫਿਰਦਾ। ਉਸ ਤੋਂ ਬਾਅਦ ਇਹ ਦੁਬਾਰਾ ਫਿਰ ਉਸ ਫੈਕਟਰੀ ਦੇ ਵਿੱਚ ਆਉਂਦਾ, ਜਿਹੜਾ ਇਹ ਫਿਰ ਸੰਜੇ ਹੁੰਦਾ। ਜਦੋਂ ਵੀ ਇਹ ਵਾਪਸ ਆਉਂਦਾ, ਇਹ ਦੱਸਦਾ ਕਿ ਜਦੋਂ ਮੈਂ ਵਾਪਸ ਆਉਣਾ ਫੈਕਟਰੀ ਦੇ ਵਿੱਚ, ਤੇ ਫਿਰ ਜਿਹੜੀ ਨੀਸ਼ਾ ਹੁੰਦੀ ਆ ਉਹ ਪਤਾ ਕਰਦੀ ਹੈ ਵੀ ਦੱਸ ਸਾਨੂੰ ਰਫੀਕਾ ਕਿੱਥੇ ਆ, ਉਹ ਹਲੇ ਤੱਕ ਨਹੀਂ ਵਾਪਸ ਆਈ। ਫਿਰ ਇਹ ਕਹਿੰਦਾ ਵੀ ਮੈਨੂੰ ਲੱਗਦਾ ਵੀ ਹੁਣ ਇਹਨਾਂ ਨੂੰ ਮਤਲਬ ਪਤਾ ਲੱਗ ਜੂਗਾ ਜੇ ਪੁਲਿਸ ਕੋਲ ਚਲੇ ਗਏ, ਕਿਉਂਕਿ ਉਹਨੇ ਪਹਿਲਾਂ ਹੀ ਰਫੀਕਾ ਨੂੰ ਤਾਂ ਖਤਮ ਕਰਤਾ ਸੀ, ਤਾਂ ਵੀ ਮੇਰੇ ਲਈ ਔਖਾ ਹੋ ਜੂ ਤੇ ਪੁਲਿਸ ਮੈਨੂੰ ਗ੍ਰਿਫਤਾਰ ਕਰ ਲੂ, ਮੈਨੂੰ ਜੇਲ੍ਹ ਜਾਣਾ ਪਊਗਾ। ਇਹ ਕਹਿੰਦਾ ਫਿਰ ਮੈਂ ਪਲੈਨ ਕਰ ਲੈਣਾ ਵੀ ਜਿਹੜੀ ਮਕਸੂਦ ਆਲਮ ਹੁੰਦਾ ਜਾਂ ਫਿਰ ਨੀਸ਼ਾ ਹੁੰਦੀ ਹੈ ਜਿਹੜੀ ਉਹਦੇ ਘਰ ਵਾਲੇ ਮਕਸੂਦ ਆਲਮ ਦੇ, ਉਹਨੂੰ ਰਸਤੇ ਦੇ ਵਿੱਚੋਂ ਹਟਾਉਣ ਦਾ ਇਹ ਪਲੈਨ ਤਿਆਰ ਕਰ ਲੈਂਦਾ। ਜਦੋਂ ਇਹ ਸੋਚ ਰਿਹਾ ਹੁੰਦਾ ਇਹ ਸਾਰੇ ਕੁਛ ਬਾਰੇ ਵੀ ਇਹਨਾਂ ਨੂੰ ਮੈਂ ਖਤਮ ਕਰਨਾ, ਉਦੋਂ ਇਹਨੂੰ ਪਤਾ ਲੱਗਦਾ ਕਿ ਜਿਹੜਾ ਮਕਸੂਦ ਆਲਮ ਹੁੰਦਾ ਉਹਦਾ ਬੇਟਾ ਹੁੰਦਾ ਜਿਹੜਾ ਬਬਲੂ, ਉਹਦਾ ਜਨਮ ਦਿਨ ਆ ਰਿਹਾ 20 ਮਾਰਚ ਨੂੰ, ਅਤੇ ਉਹ ਜਨਮ ਦਿਨ ਜਿਹੜਾ ਹੁੰਦਾ ਉਹ ਫੈਕਟਰੀ ਦੇ ਵਿੱਚ ਮਨਾ ਰਹੇ। ਫਿਰ ਇਹ ਮੋਬਾਇਲ ਤੋਂ ਯਾਨੀ ਕਿ ਇੰਟਰਨੈਟ ਤੋਂ ਸਰਚ ਕਰਦਾ ਹੈ ਕਿ ਨੀਂਦ ਦੀਆਂ ਗੋਲੀਆਂ ਦੇ ਬਾਰੇ, ਇਹ ਉਹ ਸਰਚ ਕਰਦਾ। ਉਸ ਤੋਂ ਬਾਅਦ ਇਹ ਉੱਥੋਂ ਬਰੰਗਲ ਤੋਂ ਜਿਹੜੀਆਂ ਗੋਲੀਆਂ ਨੇ ਉਸੇ ਸ਼ਹਿਰ ਤੋਂ ਜਿੱਥੋਂ ਫੈਕਟਰੀ ਦੇ ਵਿੱਚ ਕੰਮ ਕਰਦਾ ਹੁੰਦਾ, ਉੱਥੋਂ ਇਹ ਗੋਲੀਆਂ 60 ਗੋਲੀਆਂ ਖਰੀਦ ਕੇ ਲਿਆਉਂਦਾ, 60 ਗੋਲੀਆਂ ਖਰੀਦ ਲਿਆਉਂਦਾ। ਅਤੇ ਉਸ ਤੋਂ ਬਾਅਦ ਜਦੋਂ ਜਨਮ ਦਿਨ ਦੀਆਂ ਤਿਆਰੀਆਂ ਕਰ ਰਹੇ ਹੁੰਦੇ ਨੇ ਅਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਣ ਦਿੰਦਾ, ਅਤੇ ਦਾਲ ਦੇ ਵਿੱਚ ਜਿਹੜੀ ਦਾਲ ਸਬਜ਼ੀ ਬਣੀ ਹੁੰਦੀ ਹੈ ਉਹਦੇ ਵਿੱਚ ਇਹ ਨੀਂਦ ਦੀਆਂ ਗੋਲੀਆਂ ਮਿਲਾ ਦਿੰਦਾ। ਇਹ ਕਹਿੰਦਾ ਮੈਂ ਜਦੋਂ ਨੀਂਦ ਦੀਆਂ ਗੋਲੀਆਂ ਮਿਲਾ ਦਿੰਦਾ ਅਤੇ ਜਦੋਂ ਹੀ ਉਹ ਆਰਾਮਦਾਰੀ ਨਾਲ ਖਾਣਾ ਖਾਂਦੇ ਨੇ, ਉਸ ਤੋਂ ਬਾਅਦ ਉਹ ਸਾਰੇ ਬੇਹੋਸ਼ ਹੋ ਜਾਂਦੇ ਨੇ। ਫਿਰ ਇਹ ਸੰਜੇ ਦੱਸਦਾ ਪੁਲਿਸ ਨੂੰ ਕਿ ਮੈਂ ਉਹਨਾਂ ਨੂੰ ਖੂਹ ਦੇ ਵਿੱਚ ਸੁੱਟਣ ਦਾ ਪਲੈਨ ਕਰ ਲਿਆ, ਪਰ ਇਹ ਕਹਿੰਦਾ ਮੈਂ ਕੁਛ ਨੂੰ ਬੋਰੀਆਂ ਦੇ ਵਿੱਚ ਪਾ ਕੇ ਕਿਵੇਂ ਵੀ, ਪਰ ਕਹਿੰਦਾ ਜਦੋਂ ਉਹਨਾਂ ਨੂੰ ਮੈਂ ਖੂਹ ਦੇ ਵਿੱਚ ਸੁੱਟਿਆ ਉਦੋਂ ਵੀ ਉਹਨਾਂ ਦੇ ਸਾਹ ਬਾਕੀ ਸੀ ਕਿਉਂਕਿ ਉਹ ਬੇਹੋਸ਼ ਹੀ ਹੋਏ ਸੀ, ਹਲੇ ਮੌਤ ਤਾਂ ਉਹਨਾਂ ਦੀ ਕੋਈ ਨਹੀਂ ਸੀ। ਜਿਹੜਾ ਇਹ ਸੰਜੇ ਹੁੰਦਾ ਉਹਨਾਂ ਨੂੰ ਮਤਲਬ ਖੂਹ ਦੇ ਵਿੱਚ ਸੁੱਟ ਦਿੰਦਾ, ਇਹ ਸਾਰੀ ਗੱਲਬਾਤ ਹੈ ਜਿਹੜੀ ਪੁਲਿਸ ਨੂੰ ਦੱਸ ਦਿੰਦਾ ਵੀ ਕਿਵੇਂ ਕਿਵੇਂ ਇਹ ਸਾਰਾ ਕੁਛ ਵਾਪਰਿਆ। ਉਸ ਤੋਂ ਬਾਅਦ ਪੁਲਿਸ ਇੱਕ ਹੋਰ ਵੱਡਾ ਖੁਲਾਸਾ ਕਰਦੀ ਹੈ ਸੰਜੇ ਵਾਲੇ ਮਾਮਲੇ ਦੇ ਵਿੱਚ ਹੀ, ਜਦੋਂ ਇਹਦਾ ਮੋਬਾਈਲ ਫੋਨ ਜਿਹੜਾ ਹੁੰਦਾ ਉਹ ਪੁਲਿਸ ਦੇ ਵੱਲੋਂ ਕੋਲ ਰੱਖਿਆ ਜਾਂਦਾ, ਉਹਦੀ ਜਾਂਚ ਕੀਤੀ ਜਾਂਦੀ, ਉਹਦੇ ਵਿੱਚ ਇੱਕ ਵੀਡੀਓ ਮਿਲਦੀ ਆ। ਉਹ ਵੀਡੀਓ ਜਿਹੜੀ ਹੁੰਦੀ ਆ ਰਫੀਕਾ ਦੀ, ਜਿਹੜੀ ਕੁੜੀ ਹੁੰਦੀ ਆ 16 ਸਾਲਾਂ ਦੀ ਨੀਸ਼ਾ, ਉਹਦੀ ਹੁੰਦੀ ਹੈ। ਉਹਦੇ ਨਾਲ ਇੱਕ ਦਿਨ ਇਹ ਜ਼ਬਰਦਸਤੀ ਵੀ ਕਰਦਾ, ਅਤੇ ਜਦੋਂ ਉਸ ਦੇ ਨਾਲ ਸਾਰਾ ਕੁਛ ਕਰਦਾ ਉਦੋਂ ਇਹ ਵੀਡੀਓ ਵੀ ਬਣਾ ਲੈਂਦਾ। ਉਹਨੂੰ ਡਰਾਉਂਦਾ ਹੈ ਕਿ ਤੂੰ ਕਿਸੇ ਨੂੰ ਦੱਸੇਂਗੀ ਤਾਂ ਮੈਂ ਵੀਡੀਓ ਵਾਇਰਲ ਕਰ ਦੂੰ। ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਬੋਸਕੋ ਐਕਟ ਤਹਿਤ ਇਹਤੇ ਪਰਚਾ ਜਿਹੜਾ ਉਹ ਦਰਜ ਕਰ ਦਿੱਤਾ ਜਾਂਦਾ, ਅਤੇ ਨਾਲ ਹੀ 10 ਜਿਹੜੇ ਨੇ ਕਤਲ ਕੀਤੇ ਸੀ ਉਹ ਵੀ ਇਹਦੇ ਉੱਤੇ ਪਰਚਾ ਜਿਹੜਾ ਮੁਕੱਦਮਾ ਦਰਜ ਕੀਤਾ ਜਾਂਦਾ। ਅਖੀਰ ਦੇ ਉੱਤੇ ਸਾਰਾ ਕੁਝ ਹੁੰਦਾ ਅਤੇ ਫਿਰ ਇਹਨੂੰ ਦੋਸ਼ੀ ਠਹਿਰਾ ਦਿੱਤਾ ਜਾਂਦਾ, ਅਤੇ 2023 ਦੇ ਵਿੱਚ ਇਹਨੂੰ ਹੇਠਲੀ ਅਦਾਲਤ ਦੇ ਵੱਲੋਂ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ। ਹਾਲੇ ਤੱਕ ਇਹ ਜੇਲ੍ਹ ਦੇ ਵਿੱਚ ਬੰਦ ਹੈ ਸੰਜੇ ਕੁਮਾਰ ਯਾਦਵ, ਜਿਹੜਾ ਕਿ ਬਿਹਾਰ ਦੇ ਰਹਿਣ ਵਾਲਾ ਸੀ, ਅਤੇ ਹੁਣ ਜਿਹੜਾ ਇਹ ਜੇਲ੍ਹ ਦੇ ਵਿੱਚ ਬੰਦ ਆ ਹਲੇ ਅਪੀਲ ਵੀ ਕਰ ਸਕਦਾ, ਉੱਪਰਲੀ ਕੋਰਟ ਦੇ ਵਿੱਚ ਵੀ ਜਾ ਸਕਦਾ। ਅੱਜ ਦੀ ਜਿਹੜੀ ਕ੍ਰਾਈਮ ਸਟੋਰੀ ਤੁਹਾਡੇ ਨਾਲ ਸਾਂਝੀ ਕੀਤੀ, ਤੁਹਾਨੂੰ ਕਿਵੇਂ ਲੱਗੀ ਇਹ ਵੀ ਜ਼ਰੂਰ ਦੱਸਣਾ। ਨਾਲ ਦੀ ਨਾਲ ਜਿਹੜੇ ਅਜਿਹੇ ਲੋਕ ਹੁੰਦੇ ਨੇ ਉਹਨਾਂ ਨੂੰ ਜੋ ਅਦਾਲਤਾਂ ਨੇ ਸਜ਼ਾ ਦੇਣੀ ਹੁੰਦੀ ਆ, ਪਰ ਕੀ ਅਦਾਲਤਾਂ ਨੂੰ ਇਹਨਾਂ ਲੋਕਾਂ ਵਾਸਤੇ ਹੋਰ ਕਾਨੂੰਨ ਬਣਾਉਣੇ ਚਾਹੀਦੇ ਨੇ, ਜਾਂ ਇਸ ਤੋਂ ਸਖ਼ਤ ਸਜ਼ਾ ਇਹ ਅਜਿਹੇ ਲੋਕਾਂ ਵਾਸਤੇ ਕੀ ਹੋ ਸਕਦੀ ਆ, ਇਹ ਵੀ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਣਾ। ਅਤੇ ਹੁਣ ਦਿਓ ਅੱਗੇ ਆ, ਮਿਲਦੇ ਹਾਂ ਅੱਗੇ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ। ਸਤਿ ਸ਼੍ਰੀ ਅਕਾਲ ਸਰ।